भाई गुरशरण सिंह जी लुधियाना वालियां दी रस भिन्नी आवाज विच हर वेले कथा कीर्तन अते सिमरन दा आनंद मानन लई भाई गुरशरण सिंह जी ऑफिशियल चैनल YouTube नू सब्सक्राइब करो अते नवे कीर्तन वीडियोस लई बेल आइकन नू जरूर दबाओ अते ऑल नू सिलेक्ट करो। इस नाल हर नवे वीडियो दा नोटिफिकेशन आप जी दे मोबाइल ते आएगा, फिर तुसी उस दा आनंद माण सकदे हो। ओम बलहारी सतगुर पूरे, ओम बलहारी सतगुर पूरे, ओम बलहारी सतगुर पूरे, ओम बलहारी सतगुर पूरे। जिन बंधन काटे सगले मेरे, बंधन काटे सगले मेरे, जिन 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 बंधन काटे सगले मेरे। ओम बलहारी सतगुर पूरे, ओम बलहारी सतगुर पूरे। दो चीजें ने जीते, एक अपने सतगुर जी तू बलहार जाने, एक मन दे विच यकीन होवे कि मेरे सतगुर जी पूरे ने। आखो सतनाम वाहेगुरु पूरे ने। मेरे सतगुरु पूरे ने, रत्ती पर भी शंका मन दे विच ना होवे, रत्ती पर सतगुर वड्डा कर सकाई, जिस विच वड्डियां वड्डियां, जिथे वड्डा करके सलाना है उथे वड्डा करके मनना भी है। आपो सतनाम। कई बारी सच्चाई है सत्संग जी, बहुत वड्डा कर करके सलाने आ। नानक जी नूं रब भी कह देंदे, बाजां वाले नूं रब भी कह देंदे, गुरु रामदास महाराज नूं रब कह देंदे, पर यकीन दे नाल दस्सिओ कि रब मनिया है। आखो सतनाम। रब मनिया है, रब रब कही जांदे वे, अपने गुरु नूं वड्डा करके सलांदे वे, की अंदर इन्ना यकीन है, इन्ना विश्वास है कि मेरे गुरु तू परे होर कोई रब है ही है। यह विश्वास पैदा करना है, बस विश्वास पैदा करना। जिस दिन यह विश्वास हो गया ना कि मेरे गुरु तो परे कोई रब नहीं, मेरे गुरु तो परे कोई वड्डा नहीं, कोई वड्डा नहीं, यकीन जानना, उसे दिन तो लिख लो, उसी दिन तो तुसी गुरु दे बचना ते पैरा देना शुरू कर दोगे। आखो सतनाम। पैरा देना शुरू कर दे, गुरु दे बोल मनने शुरू कर दे, क्योंकि ये देखिया गया है। मैं अगर दुनियावी तल ते वेखदा वां
बहुत वड्डे दे नाल यारी होवे ना, बहुत वड्डे दे नाल, और यकीन भी है कि बहुत वड्डा अखी वेखदे भी आ, बहुत वड्डा इहदी सिफारिशां बहुत तगड़ियां चलदी, ते कई वारी जदों बोलदा है ना ते मननी पैंदी आ सतनाम। नहीं भी मन हुंदा ना मनण दा, कहिंदे यार मूह लिया जी हुण मननी पैंदी, वड्डा बंदा आखो सतनाम, वड्डा बंदा मननी पैणी, नहीं तां नाराज हो जाए। ਏਦਾਂ ਹੀ ਹੁੰਦਾ ਨਾ, ਮੈਂ ਦੁਨਿਆਵੀ ਤਲ ਦੀ ਗੱਲ ਕਰ ਰਿਹਾ ਵੀ ਵੱਡਾ ਬੰਦਾ ਨਹੀਂ ਮੰਨਾਂਗੇ ਕਿਤੇ ਮਤਾ ਕਿਤੇ ਨਾਰਾਜ਼ੀ ਨਾ ਹੋ ਜਾਏ, ਐਵੇਂ ਗੱਲ ਪੁੱਠੀ ਨਾ ਪੈ ਜਾਏ। ਨਹੀਂ ਵੀ ਮਨ ਹੁੰਦਾ ਮੰਨਦੇ ਆ, ਕਿਉਂ? ਕਿਉਂਕਿ ਮਨ ਨੇ ਯਕੀਨ ਕਰ ਲਿਆ ਕਿ ਇਹ ਵੱਡਾ ਹੈ, ਸਤਨਾਮ ਇਹ ਵੱਡਾ, ਤੇ ਆਪਾਂ ਕਿਤੇ ਬੋਲ ਨਹੀਂ ਮੰਨਦੇ ਜਿੱਥੇ ਸਾਨੂੰ ਯਕੀਨ ਹੋਵੇ ਕਿ ਭਾਈ ਇਹਦੇ ਪੱਲੇ ਕੱਖ ਨਹੀਂ। ਆਖੋ ਸਤਨਾਮ, ਐਵੇਂ ਬੋਲੀ ਜਾਂਦਾ, ਐਵੇਂ ਬੋਲੀ ਜਾਂਦਾ। ਜਿੱਥੇ ਯਕੀਨ ਨਾ ਹੋਵੇ ਫਿਰ ਉੱਥੇ ਉਹਦੇ ਬੋਲ ਵੀ ਨਹੀਂ ਮੰਨੇ ਜਾਂਦੇ। ਹਾਂ, ਜਿੱਥੇ ਯਕੀਨ ਹੈ ਕਿ ਇਹਦੀ ਚਲਦੀ ਹੈ, ਇਹਦੇ ਬੋਲ ਚਲਦੇ ਨੇ, ਇਹਦੀ ਬਾਤ ਹੈ ਤੇ ਮੰਨ ਲਈਏ ਤੇ ਚੰਗੀ ਗੱਲ ਹੈ, ਨਹੀਂ ਨਹੀਂ ਮੰਨੀ ਤਾਂ ਫਿਰ ਕਿਧਰੇ ਨਾਰਾਜ਼ ਨਾ ਹੋ ਜਾ। ਕਾਰਨ ਕੀ ਹੈ? ਮਨ ਨੂੰ ਯਕੀਨ ਹੋ ਗਿਆ ਕਿ ਉਹ ਵੱਡਾ ਹੈ। ਇਦਾਂ ਹੀ ਸਾਧ ਸੰਗਤ ਜੀਓ, ਜਿਸ ਦਿਨ ਯਕੀਨ ਹੋ ਗਿਆ ਨਾ ਮੇਰੇ ਗੁਰੂ ਨਾਨਕ ਵੱਡੇ ਨੇ, ਸਤਿਗੁਰ ਵੱਡਾ ਕਰ ਸਾਲਾ, ਵੱਡੇ ਸਭ ਤੇ ਵੱਡਾ ਸਤਿਗੁਰ, ਸਭ ਤੇ ਵੱਡਾ ਸਤਿਗੁਰ ਨਾਨਕ, ਫਿਰ ਬੋਲੋ ਸਭ ਤੇ ਵੱਡਾ ਜਿਨ ਕਲ ਰਾਖੀ। ਇਹ ਬੋਲ ਤਾਂ ਦਿੱਤਾ ਕਿ ਸਭ ਤੋਂ ਵੱਡਾ ਸਤਿਗੁਰ ਨਾਨਕ, ਬੋਲ ਤਾਂ ਦਿੱਤਾ, ਮੰਨਿਆ ਮੰਨਿਆ। ਜਿਸ ਦਿਨ ਮੰਨ ਲਿਆ ਨਾ ਕਿ ਸਭ ਤੋਂ ਵੱਡਾ ਸਤਿਗੁਰ ਨਾਨਕ, ਉਸ ਦਿਨ ਸਭ ਤੋਂ ਵੱਡੇ ਦੇ ਬੋਲ ਆਪਾਂ ਟਾਲ ਹੀ ਨਹੀਂ ਸਕਾਂਗੇ। ਆਖੋ ਸਤਨਾਮ, ਸੱਚ ਸੱਚ ਬੋਲ ਮੰਨਣ ਦੇ ਨਾਲ ਯਾਰੀ ਪੈਂਦੀ ਹੈ, ਬੋਲ ਠੁਕਰਾਉਣ ਦੇ ਨਾਲ ਯਾਰੀ ਟੁੱਟਦੀ ਹੈ। ਆਖੋ ਸਤਨਾਮ, ਬੋਲ ਮੰਨਣ ਦੇ ਨਾਲ ਗੰਢ ਪੈਂਦੀ ਹੈ, ਬੋਲ ਨਾ ਮੰਨਣ ਦੇ ਨਾਲ ਗੰਢ ਟੁੱਟਦੀ ਹੈ। ਆਖੋ ਸਤਨਾਮ, ਗੰਢੀ ਟੁੱਟ ਜਾਂਦੀ ਹੈ, ਟੁੱਟ ਜਾਂਦੀ ਹੈ। ਤੇ ਗੁਰੂ ਨਾਨਕ ਨਾਲ ਗੰਢੀ ਚੰਗੀ ਹੈ ਕਿ ਟੁੱਟੀ ਚੰਗੀ ਹੈ? ਆਖੋ ਸਤਨਾਮ, ਜਿਹਨੂੰ ਪੁੱਛਾਂਗਾ ਜੀ ਗੰਢੀ ਚੰਗੀ ਹੈ, ਤੇ ਗੰਢਣ ਵਾਸਤੇ ਫਿਰ ਬੋਲ ਮੰਨਣੇ ਪੈਣਗੇ, ਮੰਨਣੇ ਪੈਣਗੇ ਗੁਰੂ ਨਾਨਕ ਦੇ ਬੋਲ। ਜਦੋਂ ਗੁਰਬਾਣੀ ਨੂੰ ਪੜ੍ਹਦੇ ਹਾਂ, ਗੁਰਬਾਣੀ ਕੀ ਹੈ? ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕੀ ਹੈ? ਗੁਰੂ ਨਾਨਕ ਦੇ ਬੋਲ, ਨਾਨਕ ਜੀ ਦੇ ਬੋਲ, ਦੂਜੇ ਗੁਰੂ ਨਾਨਕ ਦੇ ਬੋਲ, ਤੀਜੇ ਗੁਰੂ ਨਾਨਕ ਦੇ ਬੋਲ, ਚੌਥੇ ਗੁਰੂ ਨਾਨਕ ਦੇ ਬੋਲ, ਪੰਜਵੇਂ ਗੁਰੂ ਨਾਨਕ ਦੇ ਬੋਲ, ਨੌਵੇਂ ਗੁਰੂ ਨਾਨਕ ਦੇ ਬੋਲ, ਭੱਟ ਸਾਹਿਬਾਨ ਦੇ ਬੋਲ, ਇਹ ਸਾਰੇ ਬੋਲ ਮੇਰੇ ਗੁਰੂ ਨਾਨਕ ਸਾਹਿਬ ਦੇ ਬੋਲ ਨੇ। ਆਖੋ ਸਤਨਾਮ, ਤੇ ਸਾਹਿਬ ਨੇ ਅੱਗੇ ਹੋਰ ਵਡਿਆਈ ਪਰਮੇਸ਼ਰ ਰੱਬ ਨੂੰ ਦੇ ਦੇ, ਕਹਿੰਦੇ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ। ਕਰਮਾਂ ਵਾਲਿਓ, ਬੋਲ ਮੰਨੇ ਤੇ ਗੰਢ ਪੈਂਦੀ ਹੈ, ਬੋਲ ਨਾ ਮੰਨੇ ਤੇ ਗੰਢ ਟੁੱਟਦੀ ਹੈ, ਨਾਤੇ ਟੁੱਟਦੇ ਨੇ। ਫਿਰ ਹੌਲੀ ਹੌਲੀ ਜਿੱਦਾਂ ਜਿੱਦਾਂ ਬਾਣੀ ਪੜ੍ਹਦੇ ਜਾਂਦੇ ਮੈਂ, ਸਾਨੂੰ ਸਮਝ ਲੱਗ ਰਹੀ ਹੈ ਨਾ ਗੁਰੂ ਏਦਾਂ ਕਹਿ ਰਹੇ ਨੇ, ਮੰਨ ਲਈਏ ਗੰਢ ਪੈ ਜਾਏਗੀ। ਆਖੋ ਸਤਨਾਮ, ਗੁਰੂ ਏਦਾਂ ਕਹਿ ਰਹੇ ਨੇ ਮੰਨ ਲਈਏ ਗੰਢ ਪੈ ਜਾਏਗੀ, ਗੁਰੂ ਏਦਾਂ ਕਹਿ ਰਹੇ ਨੇ ਮੰਨ ਲਈਏ ਗੰਢ ਪੈ ਜਾਏਗੀ। ਜੇ ਪਤਾ ਲੱਗ ਗਿਆ ਗੁਰੂ ਏਦਾਂ ਕਹਿ ਰਹੇ ਨੇ ਔਰ ਨਾ ਮੰਨੀਏ, ਨਾ ਮੰਨੀਏ, ਪਈ ਹੋਈ ਗੰਢ ਵੀ ਸਾਹ ਸੰਗ ਟੁੱਟ ਜਾਏਗੀ, ਟੁੱਟੀ ਜਾਏਗੀ। ਇਸ ਲਈ ਯਤਨ ਕਰੀਏ ਸਾਸਾ, ਗੁਰੂ ਦੇ ਹਰ ਬੋਲ ਨੂੰ ਕਮਾਣ ਦਾ ਯਤਨ ਕਰੀਏ,
ਕਹਿੰਦੇ ਮੈਂ ਹੋ ਬਲਹਾਰੀ ਸਤਗੁਰ ਪੂਰੇ। ਇਹ ਬਲਹਾਰ ਜਾਣਾ ਕੀ ਹੈ? ਬਲਹਾਰ ਜਾਣਾ ਕੀ ਖਾਲੀ ਜਵਾਨੀ ਕਲਾਮੀ ਬਲਹਾਰ ਜਾ ਰਿਹਾ? ਬਲਹਾਰ ਜਾਣਾ ਹੈ ਮੈਂ ਸਦਕੇ ਤੇਰੇ ਤੋਂ ਤੇਰੇ ਬੋਲਾਂ ਤੋਂ ਆਖੋ ਸਤਨਾਮ। ਮੈਂ ਸਦਕੇ ਤੁਹਾਡੇ ਤੋਂ ਗਰੀਬ ਨਿਵਾਜ ਤੁਹਾਡੇ ਬੋਲਾਂ ਤੋਂ ਸਦਕੇ ਮੈਂ ਵਾਰੀ ਵਾਰੀ ਜਾਵਾਂ ਤੁਹਾਡੇ ਬੋਲਾਂ ਤੋਂ ਮੈਂ ਘੋਲੀ ਘੋਲੀ ਜਾਵਾਂ ਤੁਹਾਡੇ ਬੋਲਾਂ ਤੋਂ ਮੈਂ ਜੀਵਨ ਸਮਰਪਿਤ ਕਰਦੇ ਹਾਂ ਤੁਹਾਡੇ ਬੋਲਾਂ ਤੇ ਆਖੋ ਸਤਨਾਮ। ਜੇ ਗੁਰੂ ਕਹਿੰਦੇ ਨਿੰਦਿਆ ਨਹੀਂ ਕਰਨੀ ਤੇ ਨਿੰਦਿਆ ਨਹੀਂ ਕਰਨੀ ਘਟਾਓ ਸਹਿਜੇ ਸਹਿਜੇ ਆਪਣੇ ਜੀਵਨ ਚੋਂ ਨਿੰਦਿਆ ਨੂੰ ਘਟਾਓ ਘਟੇ। ਗੁਰੂ ਕਹਿੰਦੇ ਈਰਖਾ ਅੰਦਰ ਨਹੀਂ ਪਾਲਣੀ ਸਭ ਕੋ ਉਮੀਦ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ਆ ਬਿਰਤੀ ਰੱਖਣੀ ਹੈ। ਤੂੰ ਮੀਤ ਬਣਾ ਸਾਰਿਆਂ ਨੂੰ ਤੂੰ ਜਿਹਦੇ ਅੰਦਰ ਵੇਖੇ ਗੁਣ ਵੇਖੇ ਤੂੰ ਔਗੁਣ ਕਿਉਂ ਵੇਖਣਾ? ਔਗੁਣ ਵੇਖੇਗਾ ਤੇ ਦੁਸ਼ਮਣ ਬਣਨਗੇ ਆਖੋ ਸਤਨਾਮ। ਔਗੁਣ ਵੇਖੇਗਾ ਤੇ ਦੁਸ਼ਮਣੀ ਵੱਲ ਵਧੇਗਾ, ਗੁਣ ਵੇਖੇਗਾ ਮਿੱਤਰਤਾਈ ਵੱਲ ਵਧੇਗਾ ਆਖੋ ਸਤਨਾਮ। ਕਦੇ ਕਿਸੇ ਨੇ ਕਿਸੇ ਦੇ ਗੁਣ ਵੇਖ ਕੇ ਦੁਸ਼ਮਣੀ ਕੀਤੀ? ਉਹ ਬਹੁਤ ਚੰਗਾ ਹੈ ਤਾਂ ਕਰਕੇ ਮੈਂ ਦੁਸ਼ਮਣੀ ਪਾਲ ਰਿਹਾ, ਉਹ ਬੜਾ ਹੀ ਨੇਕ ਹੈ ਤਾਂ ਕਰਕੇ ਮੈਂ ਦੁਸ਼ਮਣੀ ਪਾ ਰਿਹਾ। ਕਦੇ ਕਿਸੇ ਦਾ ਗੁਣ ਵੇਖ ਕੇ ਕਿਸੇ ਨੇ ਦੁਸ਼ਮਣੀ ਪਾਈ ਹੈ? ਜਦੋਂ ਦੁਸ਼ਮਣੀ ਪਾਈ ਔਗੁਣ ਵੇਖ ਕੇ ਪਾਈ ਆ ਸਤਨਾਮ। ਮਹਾਰਾਜ ਕਹਿੰਦੇ ਤੇਰੀ ਅੱਖੀਆਂ ਐਸੀ ਬਣ ਜਾਣ ਕਿ ਗੁਣ ਨਜ਼ਰ ਆ, ਹਰ ਇੱਕ ਦੇ ਅੰਦਰ ਔਗੁਣ ਵੀ ਨੇ ਹਰ ਇੱਕ ਦੇ ਅੰਦਰ ਗੁਣ ਵੀ ਨੇ। ਇਹ ਹੋ ਹੀ ਨਹੀਂ ਸਕਦਾ ਕਿ ਕਿਸੇ ਦੇ ਅੰਦਰ ਔਗੁਣ ਹੀ ਔਗੁਣ ਹੋਣ, ਔਗੁਣ ਗੁਣ ਹੋਵੇ ਹੀ ਨਹੀਂ ਮਤਲਬ ਹੀ ਨਹੀਂ, ਤੇ ਇਹ ਵੀ ਨਹੀਂ ਹੋ ਸਕਦਾ ਕਿਸੇ ਦੇ ਅੰਦਰ ਗੁਣ ਹੀ ਗੁਣ ਔਗੁਣ ਹੋਵੇ ਹੀ ਨਹੀਂ। ਉਹ ਗੱਲ ਵੱਖਰੀ ਹੈ, ਅਸੀਂ ਕੀ ਵੇਖਣਾ ਚਾਹੁੰਦੇ ਹਾਂ ਆਖੋ ਸਤਿਨਾਮ। ਅਸੀਂ ਕੀ ਵੇਖਣਾ ਚਾਹੁੰਦੇ? ਜੋ ਵੇਖਣਾ ਚਾਹੁੰਦੇ ਹਾਂ ਉਹੀ ਵੇਖਾਂਗੇ। ਨੇਕੀਆਂ ਵੇਖਣਾ ਚਾਹੁੰਦੇ ਹਾਂ ਤੇ ਨੇਕੀਆਂ ਦਿਖਣਗੀਆਂ ਉਹਦੇ ਵਿੱਚ। ਜੇ ਨੇਕੀਆਂ ਨਹੀਂ ਦੇਖਣਾ ਚਾਹੁੰਦੇ ਇੱਕ ਇੱਕ ਵੀ ਨੇਕੀ ਉਹਦੇ ਅੰਦਰੋਂ ਨਜ਼ਰ ਨਹੀਂ ਆਏਗੀ ਆਖੋ ਸਤਿਨਾਮ। ਇੱਕ ਵੀ ਨੇਕੀ ਉਹਦੇ ਅੰਦਰੋਂ ਨਜ਼ਰ ਨਹੀਂ ਆਏਗੀ, ਕਿਉਂ? ਮੈਂ ਦੇਖਣਾ ਹੀ ਨਹੀਂ ਚਾਹੁੰਦਾ ਆਖੋ ਸਤਿਨਾਮ। ਬਲਹਾਰ ਜਾਈਏ ਆਪਣੇ ਪੂਰੇ ਸਤਿਗੁਰ ਜੀ ਤੋਂ ਜਿਹੜੇ ਇਹ ਗਿਆਨ ਦਿੰਦੇ ਨੇ ਆਖੋ ਸਤਿਨਾਮ, ਜਿਹੜੇ ਗਿਆਨ ਦਿੰਦੇ ਨੇ ਸਾਨੂੰ। ਹਉ ਬਲਹਾਰੀ ਸਤਿਗੁਰ ਪੂਰੇ ਜਿੰਦ ਬੰਧਨ ਕਾਟੇ ਸਗਲੇ, ਸਾਰੇ ਬੰਧਨ ਕੱਟ ਦਿੰਦੇ ਨੇ। ਆ ਬੰਧਨ ਕੱਟਣੇ ਹੀ ਨੇ, ਕਿਧਰੇ ਮੋਹ ਦੀਆਂ ਤੰਦਰਾਂ ਤੋਂ ਸਾਨੂੰ ਆਜ਼ਾਦ ਕਰਦੇ ਨੇ ਕਿ ਪੁੱਤਰ ਕੋਈ ਨੀ ਤੇਰਾ ਆਖੋ ਸਤਿਨਾਮ, ਕੋਈ ਨੀ ਤੇਰਾ, ਜੇ ਤੇਰਾ ਹੈ ਕੋਈ ਉਹ ਪਰਮੇਸ਼ਰ ਦਾ ਨਾਮ। ਤੂੰ ਵਿਚਰ ਸਾਰਿਆਂ ਵਿੱਚ, ਪਰਿਵਾਰ ਚ ਵਿਚਰ, ਬੱਚਿਆਂ ਚ ਵਿਚਰ, ਰਿਸ਼ਤੇਦਾਰੀ ਪੁੱਤਾ, ਪਰ ਮਨ ਨੂੰ ਯਕੀਨ ਲੈ ਕੇ ਚੱਲੀ। ਮਹਾਰਾਜ ਇਹ ਕਹਿੰਦੇ ਨੇ ਮਨ ਨੂੰ ਯਕੀਨ ਦੇ ਕੇ ਚੱਲੀ ਕਿ ਤੇਰਾ ਕੋਈ ਨਹੀਂ, ਇਹ ਮਨ ਤੇਰੋ ਕੋਈ ਨਹੀਂ ਆਖੋ ਸਤਿਨਾਮ। ਤੇਰਾ ਮੋਹ ਦੀਆਂ ਤੰਦਰਾਂ ਤੋੜਦੇ ਪਏ ਨੇ, ਆ ਮੁਕਤ ਕਰਨਾ ਹੀ ਹੋਇਆ ਨਾ ਜੀ। ਜਿੰਨ ਬੰਧਨ ਕਾਟੇ ਸਗਲੇ ਮੇਰੇ, ਇਹ ਬੰਧਨ ਹੀ ਕੱਟਦੇ ਪਏ ਨੇ ਨਾ। ਥਾਂ ਥਾਂ ਤੇ ਸਾਨੂੰ ਸਮਝਾ ਰਹੇ ਨੇ ਮੇਰੇ ਸਤਿਗੁਰ ਜੀ, ਕਹਿੰਦੇ ਨੇ ਕਹਿੰਦੇ ਨਿੰਦਾ ਭਲੀ ਕਿਸੇ ਕਹਿੰਦੀ, ਇਹ ਬੰਧਨ ਹੀ ਕੱਟਦੇ ਪਏ ਨੇ ਨਾ। ਕਿੰਨੇ ਔਗੁਣ ਛੱਡਣ ਵਾਸਤੇ ਕਹਿੰਦੇ, ਕਿੰਨੇ ਗੁਣ ਅਪਣਾਉਣ ਵਾਸਤੇ ਕਹਿੰਦੇ ਨੇ। ਔਗੁਣ ਛੱਡਾਂਗੇ, ਗੁਣ ਅਪਣਾਵਾਂਗੇ ਤੇ ਬੰਧਨ ਹੀ ਕੱਟੇ ਜਾ ਰਹੇ ਨੇ। ਬਲਹਾਰ ਜਾਈਏ ਐਸੇ ਸਤਿਗੁਰ ਜੀ ਤੋਂ ਜਿਨ੍ਹਾਂ ਨੇ ਮੇਰਾ ਵੇੜਾ ਪਾਰ ਕਰਤਾ ਆਖੋ ਸਤਿਨਾਮ। ਸਦਕੇ ਜਾਈਏ ਐਸੇ ਸਤਿਗੁਰ ਜੀ ਤੋਂ ਜਿਨ੍ਹਾਂ ਨੇ ਆਪਣਾ ਗਿਆਨ ਦੇ ਕੇ ਮੈਨੂੰ ਰੂਲੇ ਨੂੰ ਸਾਂਭ ਲਿਆ, ਮੈਨੂੰ ਭਟਕਦੇ ਨੂੰ ਸਿੱਧੇ ਰਾਹ ਪਾ ਦਿੱਤਾ ਆਖੋ ਸਤਿਨਾਮ। ਸੋਲਿਆ
कि जेड़ा अमृत वेला संभाल रहे हो आलमपुर कीर्तन सी उथे दास ने यह गल कही पुन्ना करके मिलता सुख ते पुन बनते ने संगत करके बाणी पढ़के यकीन जानना सत संगत जीओ यकीन जाने ये जिन्ना समा तुसी इत्थे बैठे हो या घरां च बह के साधना सुन रहे हो सुचेत हो बड़ी स्पीड च तुहाडे पुन बन रहे ने आखो साथ पुन बन बड़ी स्पीड च पुन्ना दा पलड़ा भारी हो रोज कुछ ना कुछ गुरु नानक तुहानूं दिंदे ने जदों तुसी अमृत वेले आंदे हो भावे माड़े लेख कट के भेजे भावे निर्मल लेख लिख के भेजे यकीन अपने मन च रखियो यकीन रखियो बड़िया वड्डिया वड्डिया मुसीबतां तुहाडियां छोटियां हो रही ने सहजे जिहड़े रोज अमृत वेले जाग के मत सोचना कि की मिलता पिया बैकएंड दे विच जो कुछ चल रहा ना वो तुहानूं साध संगत पता ही नहीं अमृत वेले दी किन्नी पर सुचेत हुण जिहड़े इत्थे आ गए सुचेत कायम होके बैठे हुए और पता भी नहीं लगता सास दो घंटे गए कि आखो साधना या जड़े घरां च बैठे तुहाडे होणगे पर बहुत ऐसे कई तुहाडे च बहुत प्यार वाले जड़े समाधियां ला के बैठे होणगे प्रेम च गांदे होणगे इदां अनुभव करदे होणगे असीं संगत विच ही बैठे पर कई वारी घरे सात संगत मैं देखदा कलयुग दा पहरा नाल ही तुरिया होंदा बंदा लेट के सौण रहा है लेटे लेटे सौ गया अध खलड़ी नींद दे विच सुन रहा जाग रहा सुन रहा जाग रहा किते सुचेत बैठा ते सुचेत बैठे बैठे किते ढेरी हो जांदा लत्तां खोल लैंदा आ कर लैंदा इंज कर लैंदा उठ गया जी कुछ खा लिया जी कुछ कर लिया जी नहीं जिन्ने घरां च तुसीं बैठे हो ना इदां अनुभव करिया करो कि इत्थे इत्थे संगत च बैठे दो घंटे शरीर हिलदा भी नहीं जी अपने को कुछ नहीं कह रहा धन साहब श्री गुरु ग्रंथ साहब महाराज कह रहे तेन सब कुछ सानू नहीं पता लग रहा कि साडा सवर रहा है पर सच्चाई जानना जी सवर सच्चाई है सवर दा पिया कर्मा वाले ओ सवर दा अगर तुहानू ए वीडियो वधिया लगी है तां लाइक करो अते अग्गे शेयर जरूर करो जी।